आ गया बुदना छोर कोनी लगती पई ते आज आपा राज के गंदे हो गए गंदे थोड़े जे ना ढेर सारे हो गए ओ निकाले ते आ बैठे ना ते पीनो लगती नहीं पई ओ गई किदे अपनी ब्यादरी तो बड़ी कुत्ती जई है जेड़ी छोर नेने लगती पई ते चाक के जाके बड़े बड़े बड्डे गुड्डे बन सेन अपने ना दे बिल्लो एक बारी पीनो मेनू लाभ जावे सही ओ जितना गुस्सा लवे ना निकाह में इसे छोर नाल पढ़ावना ओ आंदियो सी ने शायद मागा किदा करना इंज मैं कोई नहीं करण देवना बुदना पीछे लबी नु आग लावणी है गंदे ता आपा होण होंदे पया हुण कोई जुगाड़ लगदा है ते ला लानी ते निकाह उठ के टोर जासनी मां तो खुद बड़ा परेशान है निकाह वाले बंदे बुए ते आ बैठे तो उदू मेरी बहन ही नहीं लभदी पाई मैं ता नहीं चंगा ना ही लभे ता मैं तेनु दे रखन तो पहले गल कीती आई भूतना आज बहन को पूछ ला ये खसम पसंद है सु या कोई नहीं है सु तो ये आख्या ले तू तो मेरी बहन नु बिगाड़दी पई है जिथे मैं आज बहन दा कीता मेरी बहन थू राजी होसी हुन राजी कर ले बहन ओला जी वाली केड़ी गल है उंदे कोल मैं पूछया यो सके भाव जिथे तेरी रजा है उथे मेरी रजा मैनु पता है मेरी बहन इंज करना तेरी बहन तेनु गंदिया करना हा लाडे च मारे गए सानू पता कोई ना भी साडी बहन इंज कर जाना अब्बा कोई ना कोई जुगाड़ ला नहीं तो बड़े आप खराब होंगे पाए मां लबा सारे मैनू इंज आने जी ओनू मैं भजाया चलो ठीक है ਹੁਣ ਮੂੰਹ ਵੇਖ ਕੀਤੀ ਖਲੀ ਜਿਵੇਂ ਟਾਲੀ ਤੂੰ ਤੋਰੀ ਲਮਕੀ ਖਲੀ ਹੁੰਦੀ ਹੈ ਤੇ ਮੂੰਹ ਨਾ ਲਮਕਾਵਾਂ ਤੇ ਹੋਰੇ ਤੇ ਤੁਹਾਡਾ ਮੁਕਾਲਾ ਕਰਾਂ ਬਈ ਦੋ ਮੋਟਰਸਾਈਕਲਾਂ ਤੇ ਤੁਸੀਂ ਚੜੇ ਤੇ ਇੱਥੇ ਆ ਕੇ ਤੁਸੀਂ ਛੋਰ ਨੂੰ ਪਰਨਾਵਣ ਵਾਸਤੇ ਲੋਕੀ ਕਾਰਾਂ ਤੇ ਜਾਂਦਾ ਪਰਾੜੂਆਂ ਤੇ ਜਾਂਦਾ ਹੁਣ ਨਾ ਸਾਡੇ ਕੋ ਕਾਰਾਂ ਦੇ ਪਰਾੜੂਆਂ ਦੀ ਗੁੰਜਾਇਸ਼ ਹੋਵੇ ਤਾਂ ਅਸੀਂ ਕੀ ਕਰੀਏ ਅਸੀਂ ਛੂਰੀ ਪਰਨਾਣਾ ਭਾਵੇਂ ਮੋਟਰਸਾਈਕਲਾਂ ਤੇ ਆਈਏ ਤੇ ਭਾਵੇਂ ਖੋਤੀ ਰੇੜੀ ਤੇ ਆਈਏ ਤੇ ਮੁੜ ਕੱਲੇ ਆ ਜਾਓ ਆ ਪਿਓ ਮੈਨੂੰ ਸੇਧ ਨਾਲ ਲੈ ਕੇ ਆਇਆ ਨਹੀਂ ਤੇ ਮੈਂ ਆਵਣਾ ਕੋਈ ਨਾ ਮੋਟਰਸਾਈਕਲ ਤੇ ਆ ਤੂੰ ਕਿਉਂ ਨਹੀਂ ਆਉਣਾ ਆ ਤੂੰ ਕਰਦੀ ਨੋਤੀ ਹੈ ਅਗਰ ਤੂੰ ਨਾ ਆਵੇਂ ਤੇ ਵਿਆਹ ਸੱਚ ਦਾ ਬਣਾ ਵਿਆਹ ਕੀਤੀ ਖਲੇ ਨੇ ਐਵੇਂ ਨਹੀਂ ਲੋਕੀ ਵਿਆਹ ਕਰਦੇ ਜਿਵੇਂ ਤੂੰ ਸਾ ਕੀਤਾ ਇਹ ਸਾਰੀ ਜ਼ਿੰਦਗੀ ਤਾਂ ਮੈਨੂੰ ਭੁੱਲ ਸੀ ਪਿਆ ਉਹ ਭਰਜਾਈ ਤੂੰ ਤਾਂ ਚੁੱਪ ਕਰਕੇ ਬਾਏ ਸ਼ੁਕਰ ਕਰ ਮੇਰਾ ਹੁੰਦਾ ਪਿਆ ਮੈਂ ਤਾਂ ਇਹ ਉਮੀਦ ਲਾ ਛੱਡੀ ਆਈ ਕਿ ਮੈਂ ਦੂਈ ਵਾਰੀ ਪਰਨੀਣਾ ਹੈ ਕਿ ਨਹੀਂ ਪਰਨੀਣਾ ਇਤਨੀ ਉਤੂ ਮੰਗਿਆਈ ਏ ਇਹ ਅਸੀਂ ਕਿਦੋਂ ਖਰਚੇ ਕਰੀਏ ਇਤਨੇ ਹੱਥੂ ਇਹ ਤਾਂ ਬੜਾ ਚੰਗਾ ਹੋ ਗਿਆ ਅਸਾਂ ਕਿਸੇ ਨਹੀਂ ਸਦਿਆ ਕੱਲ ਨੂੰ ਤੁਹਾਡਾ ਸਾਨੂੰ ਤਾਂ ਕੋਈ ਨਾ ਸਦ ਸੀ ਨਾ ਸਾਨੂੰ ਜਾਣਾ ਪਊ ਸੀ ਬਸ ਤੁਸੀਂ ਪਿਓ ਪੁੱਤਰ ਇਸੇ ਕੰਮ ਤੇ ਰਵਿਆ ਹੈ ਮੇਰਾ ਤਾਂ ਤੁਸੀਂ ਬਰਾਦਰੀ ਦੇ ਵਿੱਚ ਨੱਕ ਵਟਵਾ ਛੱਡਿਆ ਮੈਂ ਤਾਂ ਨਾ ਕਿਥਾਈ ਆਵਣ ਦੀ ਨਾ ਜਾਵਣ ਦੀ ਚੰਗੇ ਭਲੇ ਮੂੰਹ ਮੱਥੇ ਲੱਗਣ ਵਾਲੀ ਸਵਾਣੀ ਆ ਆਈ ਸ਼ਾਬਾਸ਼ ਏ ਆ ਸਾਰੀਆਂ ਆ ਤੇਰੀਆਂ ਆ ਮੂੰਹ ਮੱਥੇ ਲੱਗਣ ਵਾਲੀਆਂ ਗੱਲਾਂ ਸਾਡੀ ਵਾਇਆਂ ਵਾਲੀ ਏ ਉਹ ਜੇ ਸਾਡੇ ਨੱਕ ਦੀ ਤੈਨੂੰ ਖਿਆਲ ਨਹੀਂ ਤੇ ਤੂੰ ਆਪਣੇ ਨੱਕ ਦਾ ਬਹੁਤਾ ਖਿਆਲ ਕਰਨੀ ਏ ਅਸੀਂ ਵੀ ਤਾਂ ਜਾਣਦੇ ਆ ਵੀ ਮੁੰਡੇ ਨੂੰ ਪਰਨੀਵਣ ਵਾਸਤੇ ਆਏ ਆ ਉਹ ਜਿਹੜਾ ਦੌਰ ਚੱਲਦਾ ਪਿਆ ਉਹ ਜਿਵੇਂ ਕਿਵੇਂ ਆ ਇਹਦਾ ਜੂਦਾ ਵਿਆਹ ਕਰਨਾ ਤੇ ਕਰ ਦਈਏ ਨਾਲੇ ਅਗਲੇ ਸਾਈਆਂ ਸਾਨੂੰ ਆਖਿਆ ਵੀ ਪੂਰੀ ਸੂਰੀ ਦੀ ਬਰਾਤ ਲੈ ਕੇ ਆਵਿਆ ਜੇ ਤੁਸੀਂ 200 ਬੰਦਾ ਵਾਲ ਕੇ ਲਾਇਆ ਆਂਦਾ ਨਾ ਅਸਾਂ ਛੋਰ ਵੀ ਕਾਇਨ ਦੇਣੀ ਤੇ ਅਸੀਂ ਬੇਇੱਜ਼ਤ ਕਰਕੇ ਤੁਹਾਨੂੰ ਵਾਪਸ ਤੇ ਗਲ ਸਾਂ ਆ ਤੇ ਠੀਕ ਪਿਆ ਕਹਿੰਦਾ ਸ਼ੌਕੀ ਉਹ ਕਿਹੜਾ ਅਗੂ ਤੇ ਦੇਗਾ ਚੜਾ ਕੇ ਬੈਠੇ ਨੇ ਵੀ ਅਸੀਂ ਪੂਰੀ ਬਰਾਦਰੀ ਨੂੰ ਸੱਦ ਲਈਏ ਆ ਵੇ ਅੱਬਾ ਮੈਂ ਤੁਹਾਨੂੰ ਕਦਣ ਆਖਿਆ ਵੀ ਤੁਸੀਂ ਸਾਰੀ ਬਰਾਦਰੀ ਨੂੰ ਇਕੱਠਾ ਕਰਕੇ ਤੇ ਲੈ ਆਓ ਹਾਂ ਮੈਂ ਤਾਂ ਸਿਰਫ ਇਹ ਗੱਲ ਕੀਤੀ ਵੀ ਮਹਿਰਾਨ ਗੱਡੀ ਆਪਾਂ ਲੈ ਆਵੀਏ ਹਾਂ ਤੇ ਪੰਜੇ ਬੰਦੇ ਉਸੇ ਦੇ ਵਿੱਚ ਖੁੱਲੇ ਵਾਗ ਵੀ ਜਾਵੀ ਹਾਂ ਤੇ ਆ ਵੀ ਜਾਵੀਏ ਹਾਂ ਮਹਿਰਾਨ ਵਾਲੇ ਨੂੰ ਮੈਂ ਆਖਿਆ ਉਸ ਇਨ ਟਾਈਮ ਤੇ ਆ ਕੇ ਜਵਾਬ ਦਿੱਤਾ ਚਾਹੋ ਸਕਿਆ ਮੈਨੂੰ ਅੱਗੂ ਲੰਮੀ ਬੋਕ ਲੱਭਦੀ ਪਈ ਹੈ ਲਾਹੌਰ ਵਾਲੀ ਮੈਂ ਤਾਂ ਉੱਧੇ ਜਾਣਾ ਤੇ ਕਾਰਾਂ ਵਾਲੀ ਕਿਹੜੀ ਗੱਲ ਏ ਓਏ ਆਪਣੀ ਜਿਹੜੀ ਮੋਟਰਸਾਈਕਲਾਂ ਨਾਲ ਘਰ ਕਲਾਰੀਆਂ ਨੇ ਉਹ ਕਿਹੜੇ ਵੇਲੇ ਕੰਮ ਆਉਣਗੀਆਂ ਉਹ ਇਸੇ ਵੇਲੇ ਕੰਮ ਆਉਂਦੀਆਂ ਨੇ ਕਿ ਬੰਦਾ ਆਪਣਾ ਜਾਵੇ ਕਿਧਰੇ ਕੰਮ ਹੋਵੇ ਚੂਪ ਲਾਓ ਨਾ ਮੋਟਰਸਾਈਕਲਾਂ ਨੂੰ ਮੋੜ ਚੂਪ ਲਾਓ ਮੋਟਰਸਾਈਕਲ ਇੱਥੇ ਕੋਈ ਨਵੀਂ ਰਾਂਦ ਨਾ ਘੱਤ ਤੇ ਆਰਾਮ ਨਾਲ ਬੈਠੀ ਰਹਿ ਸ਼ਗਨਾਂ ਦਾ ਵੇਲਾ ਦੁਆ ਕਰੇ ਦੀ ਸ਼ਾਦੀ ਹੁੰਦੀ ਪਈ ਹੈ ਹਾਂ ਤੂੰ ਤਾਂ ਪਰਜਾਈ ਆ ਕੇ ਇੱਥੇ ਰੋਲਾ ਘੱਤ ਲੈ ਜਾਉ ਨਾ ਸੁਣ ਲੈ ਤੂੰ ਆਖਣੇ ਤੇ ਆਪਸ ਚ ਲੜ ਲੜ ਕੇ ਮਰੀ ਜਾਂਦੇ ਮੈਂ ਤਾਂ ਰੋਲਾ ਘਰੇ ਵੀ ਗੱਤਿਆ ਹਾਂ ਤੁਸੀਂ ਨਵਾਂ ਤੂਤ ਖੜਾ ਕੀਤਾ ਆ ਜਿਹੜੀ ਤੁਸੀਂ ਤਬਦੀਲੀ ਲਿਆਂਦੀ ਨਾ ਮੋਟਰਸਾਈਕਲ ਵਾਲੀ ਇਹ ਤਾਂ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਸੁਣੀ ਹੈ ਲੱਖ ਦੀਆਂ ਲਾਂਤਾਂ ਨੇ ਇੱਕ ਮੋਟਰਸਾਈਕਲ ਤੇ ਤੂੰ ਤੇ ਮੈਂ ਤੇ ਦੁਲਨ ਬਾਜ ਸਾਂ ਅੱਬਾ ਤੇ ਦੇਖੜਾ ਇੱਕ ਮੋਟਰਸਾਈਕਲ ਤੇ ਘਰੇ ਆ ਜਾ ਸੇ ਓ ਭਾਈ ਤਰਤੀਬ ਤਾਂ ਸਿੱਧੀ ਕਰ ਤੂੰ ਤਾਂ ਰਿਸ਼ਤੇ ਹੀ ਪੁੱਠੇ ਕਰਦਾ ਪਿਆ ਮੇਰੀ ਦੁਲਨ ਤੇ ਮੈਂ ਦੋਵੇਂ ਮੋਟਰਸਾਈਕਲ ਤੇ ਜਾਸੇ ਅੱਬਾ ਤੁਹਾਡੇ ਨਾਲ ਜਾਸੀ ਬਾਈਕ ਐ ਲੱਖ ਸੁਣ ਲੋ ਵਿਰਾ ਦੀ ਗੱਲ ਹਲੇ ਰਾਨੀ ਕੋਈ ਨਹੀਂ ਆਈ ਮੱਥੇ ਤੇ ਅੱਖ ਰੱਖੀ ਬੈਠਾ ਅ ਜਦੋਂ ਬੂੜਾ ਮਾਰ ਗਿਆ ਤੇ ਮਰਨਾ ਪੜਨਾ ਸਾਡੇ ਸਿਰ ਤੇ ਹੋਸੀ ਆਪਾਂ ਇਲਾਨ ਹੀ ਕੋਈ ਨਹੀਂ ਕਰਾਣਾ ਜਦੋਂ ਬੂੜਾ ਮਾਰ ਗਿਆ ਅ ਚਵਲਾ
ਐਲਾਨ ਕੋਈ ਨਹੀਂ ਕਰਵਾਉਣਾ, ਤੁਸੀਂ ਨਾ ਕਰਿਆ ਜੇ ਮੈਂ ਆਪਣਾ ਬੰਦੋਬਸਤ ਆਪ ਕਰਕੇ ਕਰ ਰੱਖਿਆ ਹੋਇਆ। ਅੱਛਾ ਹਾਂ, ਇਹ ਤਾਂ ਬੜਾ ਸੋਹਣਾ ਕੀਤਾ। ਖੁਸ਼ੀ ਦਾ ਟਾਈਮ ਹੈ ਤੇ ਗੱਲਾਂ ਵੇਖ ਪੌਰੀਆਂ ਪੌਰੀਆਂ ਕੀਤੀ ਜਾਂਦੇ ਨੇ ਬਾਹ ਕੇ ਦੋਵੇਂ ਜਣੇ। ਬਕਵਾਸ ਓਹੋ ਅੱਬਾ, ਹੁਣ ਇੱਥੇ ਨਾ ਤੁਸੀਂ ਮਰਨਾ ਗੱਤੀ ਰੱਖੋ, ਉਹਦਾ ਦੁਲਹਨ ਦਾ ਪਤਾ ਕਰੋ। ਰੋਟੀ ਖਾ ਕੇ ਬੈਠਾ ਹੈ ਤੇ ਮੇਰੇ ਤਾਂ ਹਜ਼ਮ ਹੀ ਨਹੀਂ ਹੁੰਦੀ ਪਈ। ਜੱਗਿਆ ਗੱਲ ਸੁਣ ਮੇਰੀ, ਤੇਰੀ ਸ਼ਾਦੀ ਤੇ ਵੀ ਫੰਕਸ਼ਨ ਮੈਂ ਕੀਤਾ ਸੀ ਤੇ ਹੁਣ ਤੇਰੇ ਭਰਾ ਦੀ ਸ਼ਾਦੀ ਹੁੰਦੀ ਪਈ ਹੈ ਤੇ ਉਹਦਾ ਵੀ ਫੰਕਸ਼ਨ ਮੈਂ ਕਰਨਾ ਤੇ ਹੁਣ ਮੈਂ ਆਈ ਬੈਠੀ ਹਾਂ, ਮੈਨੂੰ ਬਿਆਨਾ ਦੇ ਤੇ ਮੂਰਤਾਂ ਵੀ ਮੈਂ ਲੈ ਕੇ ਆਸਾਂ। ਕਿਹੋ ਜਿਹਾ ਗੱਲਾਂ ਕਰਦਾ ਪਿਆ ਮੁਸਕਾਨ, ਬਿਆਨੇ ਹੀ ਬਿਆਨੇ। ਉਹ ਮੈਂ ਤੇ ਮੇਰੀ ਤਾਂ ਅੱਖਾਂ ਥਾਕੀਆਂ ਤੇਰਾ ਰਾਹ ਵੇਂਦਿਆਂ ਵੇਂਦਿਆਂ। ਉਹ ਤੈਨੂੰ ਆਖਿਆ ਹਫ਼ਤੇ ਬਾਅਦ ਚੱਕਰ ਲਾਈ ਰੱਖਿਆ ਕਰ, ਤੂੰ ਆ 6 ਮਹੀਨਿਆਂ ਬਾਅਦ ਆ ਪੈਰ ਪਾਇਆ। ਵਾਹ ਬਈ ਵਾਹ। ਮੇਰੀ ਗੱਲ ਸੁਣ, ਮੇਰੇ ਕੋਲ ਟਾਈਮ ਕੋਈ ਨਹੀਂ ਆ, ਮੈਂ ਹੈਦਰਾਬਾਦ ਗਈ ਹੋਈ ਆਈ ਤੇ ਉਦੋਂ ਆਈ ਆ ਤੇ ਮੈਨੂੰ ਪਤਾ ਚੱਲਿਆ ਕਿ ਅੱਜ ਤੇਰੇ ਭਰਾ ਦੀ ਸ਼ਾਦੀ ਏ ਤੇ ਮੈਂ ਆਖਿਆ ਮੈਂ ਚਲੋ ਜਾ ਕੇ ਉਹਦੇ ਕੋਲ ਪੁੱਛ ਲਵਾਂ ਫੰਕਸ਼ਨ ਮੈਂ ਕਰ ਸਕਣ ਹੋਵੇ ਕਿ ਕੋਈ ਹੋਰ ਮੂਰਤਾਂ ਸਦਾਈ ਖਲੋਤਾ ਹੋਵੇ। ਫੰਕਸ਼ਨ ਤੇਰੇ ਬਗੈਰ ਮੈਂ ਕਰਾ ਸਕਣਾ ਮੁਸਕਾਨ? ਇਹ ਤੂੰ ਕਿਵੇਂ ਸੋਚ ਲਿਆ? ਓਏ ਅੱਲਾ ਦੇ ਬੰਦਿਆ, ਮੈਂ ਤਾਂ ਤੈਨੂੰ ਕਿਹਾ ਤੂੰ ਆਉਂਦਾ ਜਾਂਦਾ ਰਿਹਾ ਕਰ। ਓ ਅੱਲਾ ਦੇ ਬੰਦਿਆ, ਤੇਰੇ ਜੋਗੇ ਮੈਂ ਆਲੂਆਂ ਦੀ 2 ਬੋਰੀਆਂ ਰੱਖੀਆਂ ਹੋਈਆਂ ਨੇ, 1 ਬੋਰੀ ਚਾਵਲਾਂ ਦੀ ਰੱਖੀ ਹੋਈ ਹੈ। ਅਈਏ ਤਾਂ ਤੇਰੇ ਸੁੱਖ ਨੇ ਕਿ ਜਿਸ ਵੇਲੇ ਇੱਥੇ ਆਵਾਂ ਕੋਈ ਨਾ ਕੋਈ ਚੀਜ਼ ਲੈ ਕੇ ਜਾਨੀ ਆ ਤੇ ਹੁਣ ਮੈਨੂੰ 5,000 ਰੁਪਇਆ ਗੱਡੀ ਦਾ ਕਿਰਾਇਆ ਦੇ ਤੇ ਮੈਂ ਮੂਰਤਾਂ ਨੂੰ ਟਾਈਮ ਨਾਲ ਆਖਾਂ ਕੋਈ ਤਿਆਰੀ ਕਾਰਕ ਬਵਨ ਤੇ ਮੈਂ ਤਾਂ ਕਿ ਉਹਨਾਂ ਨੂੰ ਬੁਲਾ ਲਵਾਂ। ਓ ਮੁਸਕਾਨ ਗੱਲ ਸੁਣ ਲੈ ਮੇਰੀ, 5,000 ਰੁਪਇਆ ਤੂੰ ਲੈ ਜਾ ਤੇ ਮੇਰਾ ਵਿੱਚੋਂ ਹੱਥ ਵੀ ਤੰਗੇ ਕਿਉਂਕਿ ਮੇਰੇ ਬਰਾਤ ਦੀ ਸ਼ਾਦੀ ਹੈ, ਮੈਂ ਗੰਦਿਆਂ ਨਾ ਹੋਵਾਂ। ਤੂੰ ਕੰਮ ਸੁਕਾਮ ਨਾ ਵੀ, ਤੂੰ 25 ਕਾਪੀਆਂ ਮੈਨੂੰ ਦੇਣੀਆਂ ਉਡਾਣੀਆਂ ਤੇ ਮੈਂ ਤੇਰੇ ਤੇ ਹੀ ਆ। ਜਾਨ ਦੇ ਜੱਗਿਆ, ਤੇਰੇ ਮੂੰਹ ਤੇ ਇਹ ਗੱਲ ਨਹੀਂ ਪੈਂਦੀ, ਜਿਹੜੇ ਮੇਰੇ ਨਾਲ ਮੂਰਤਾਂ ਆਸਣ ਨਾ ਉਹ ਮੈਨੂੰ ਕੀ ਆਖਸਣ। ਲੈ ਵੇਖੋ ਆਦੇ ਕੋਲੋਂ ਪੈਸੇ ਦੇ ਕੇ ਤੇ ਆਦੀ ਤਮਾਸ਼ ਵੀ ਨਹੀਂ ਕਰਾਈ ਜਾਂਦੀ ਹੈ, ਮੇਰੀ ਇਨਸਲਟ ਵਾਲੀ ਗੱਲ ਹੈ। ਉਹ ਮੁਸਕਾਨ ਤੂੰ ਮੇਰੀ ਗੱਲ ਸਮਝਦਾ ਨਹੀਂ ਪਿਆ? ਉਹ ਮੈਂ ਐਤਕੀ 50 ਕਿੱਲਾ ਆਲੂ ਗੱਡਿਆ ਹੈ, ਮੈਂ ਉਹਦਾ ਬੀ ਲਿਆ, ਇਸ ਵਜ੍ਹਾ ਤੋਂ ਪੈਸੇ ਜਿਹੜੇ ਨਾ ਹੱਥ ਮੇਰਾ ਤੰਗ ਹੈ ਤੇ ਤੂੰ ਟੈਨਸ਼ਨ ਨਾ ਲੈ ਇਸ ਗੱਲ ਦੀ, ਬਕਾਇਆ ਸਾਰਾ ਕੁਝ ਤੂੰ ਕਵਰ ਕਰ ਲੈ। 20-25 ਕਾਪੀਆਂ ਮੈਨੂੰ ਦੱਸੇ ਨਾ ਤੇ ਜਿਹੜੀ ਮੇਰੀ ਆਉਂਦੀ ਪਈ ਨਾ ਬਿਆਦਰੀ, ਉਹਨਾਂ ਨਾਲ ਮੇਰੀ ਲੱਗ ਖੱਟ ਜੀ ਰਹਿੰਦੀ ਹੈ ਤੇ ਅੱਲਾ ਦੇ ਬੰਦਿਆ ਜਦੋਂ ਮੈਂ ਕਾਪੀਆਂ ਸੱਟਾਂਗਾ ਤੇ ਉਹ ਜੋਸ਼ ਹੀ ਸੱਟਣਗੇ, ਘੱਟ ਤੋਂ ਘੱਟ ਵੀ ਨਾ ਤੈਨੂੰ 6 ਲੱਖ ਰੁਪਇਆ ਆਉਣਾ ਹੀ। ਜੱਗਿਆ ਇਹ ਗੱਲ ਤੇ ਤੇਰੀ ਸਹੀ ਹੈ, ਅਗਰ ਮੈਨੂੰ ਫੰਕਸ਼ਨ ਚੰਗਾ ਲੱਗ ਗਿਆ ਨਾ ਤੇ ਮੈਂ ਤੇਰਾ ਹੱਥ ਖਾਲੀ ਨਹੀਂ ਰਹਿਣ ਦਿੰਦੀ, ਤੈਨੂੰ ਮੈਂ ਨਾਲ ਦੇ ਨਾਲ ਪੈਸੇ ਦਿੱਤੀ ਰੱਖਾਂ। ਉਹ ਮੁਸਕਾਨ ਤੂੰ ਟੈਨਸ਼ਨ ਨਾ ਲੈ, ਜਿਹੜੀ ਸਾਡੀ ਬਿਆਦਰੀ ਨਾ ਉਹ ਬੜੀ ਕੁੱਤੀ ਜਿਹੀ ਹੈ, ਅਜੀਬ ਜਿਹੀ ਕਿਸਮ ਦੀ ਹੈ। ਮੇਰੀ ਸ਼ਾਦੀ ਤਾਂ ਨਹੀਂ ਵੇਖਿਆ ਯਾਰ, ਪੈਸੇ ਵਾਧੂ ਹੋ ਜਾਣੇ। ਠੀਕ ਹੈ ਜੱਗਿਆ, ਮੈਂ ਤੇਰੀ ਕਾਂਡ ਨਹੀਂ ਲੱਗਣ ਦਿੰਦੀ। ਜੇ ਤੂੰ ਮੇਰੀ ਕਾਂਡ ਨਾ ਲੱਗਣ ਦੇ ਸੇ, ਬਿਆਦਰੀ ਨੂੰ ਭੜਕਾਉਣਾ ਮੇਰਾ ਕੰਮ। ਠੀਕ ਹੋ ਗਿਆ। ਅਸਲਾਮੁਅਲੈਕੁਮ ਪਰਵਾਨ ਜੀ। ਵਾਲੇਕੁਮ ਸਲਾਮ ਚਿੰਨਾ ਸੁਣਾ। ਵਾਹ ਵਾਹ, ਉਹ ਤਰਾ ਕੀ ਹਾਲ ਹੈ? ਹਾਂਜੀ ਠੀਕ ਠਾਕ ਜੀ। ਮੁਸਕਾਨ, ਤੇਰੇ ਨਾਲ ਮੈਨੂੰ ਬੜਾ ਜ਼ਰੂਰੀ ਕੰਮ ਹੈ, ਇੱਕ ਆਰਡਰ ਲਾਣਾ ਤੇ ਆ ਚਲੀਏ। ਆਰਡਰ ਲਾਣਾ? ਕਿੱਥੇ ਲਾਣਾ ਉਹ ਵੀ ਤੇ ਅਗਲੀ ਗੱਲ ਦੱਸ ਨਾ ਮੈਨੂੰ। ਓਏ ਉਹ ਆ ਮੇਰਾ ਯਾਰ ਨਹੀਂ ਗੋਤਣਾ, ਇਹਦੇ ਨਾਲ ਆਰਡਰ ਲੱਗਣਾ ਹੈ ਤੇ ਉਹ ਤੇ ਲਾਣਾ ਹੈ। ਹਾਂ ਹਾਂ, ਤੂੰ ਸਾਈਡ ਤੇ ਹੋ ਨਾ, ਤੈਨੂੰ ਮੈਂ ਸਾਰੀ ਗੱਲ ਸਮਝਾ ਦੇਣਾ। ਉੱਠੀ ਚੱਲ, ਠੀਕ ਹੈ ਚਲਾ। ਚਲੋ ਜੀ, ਮੈਨੂੰ ਲੈ ਕੇ ਨਾ ਚੱਲੋ, ਅਗਰ ਮੂਰਤਾਂ ਦੀ ਹੋਰ ਲੋੜ ਹੈ ਤੇ ਮੈਂ ਉਹਨਾਂ ਨੂੰ ਵੀ ਸਦਾ ਲੈਣੀ ਆ। ਉਹਨਾਂ ਨੇ ਹੋਰ ਸਦਾਵਣ ਦੀ ਕੋਈ ਲੋੜ ਨਹੀਂ, ਸਾਨੂੰ ਤੇਰੀ ਜ਼ਰੂਰਤ ਹੈ। ਗੱਲ ਹੈ ਮੁਸਕਾਨ, ਮੇਰੀ ਗਈ ਹੈ ਭੈਣ ਉਦਲ ਤੇ ਨਿਕਾਹ ਵਾਲੀ ਪਾਰਟੀ ਸਾਡੇ ਬੂਹੇ ਤੇ ਆਈ ਬੈਠੀ ਹੈ ਤੇ ਹੁਣ ਮੈਂ ਬੜਾ ਸ਼ਰਮਸ਼ਾਰ ਹੁੰਦਾ ਪਿਆ, ਮੇਰੀ ਭੈਣ ਬਣ ਕੇ ਨਾ ਤੂੰ ਮੇਰੇ ਘਰੋਂ ਨਾ ਰੁਖਸਤ ਹੋ। ਹਾਂ ਹਾਏ, ਤੇਰੀ ਭੈਣ ਉਦਲ ਗਈ ਹੈ ਤੇ ਮੈਂ ਕੀ ਕਰਾਂ? ਉਹ ਤੈਨੂੰ ਆਖੀ ਤਾਂ ਜਾਣਾ, ਮੇਰੀ ਭੈਣ ਬਣ ਤੇ ਘਰੋਂ ਰੁਖਸਤੀ ਕਰ ਚਾ, ਜਦੋਂ ਉਹ ਨਾ ਜਾ ਕੇ ਤੈਨੂੰ ਅੱਗੂ ਵੇਖਣਾ ਤਾਂ ਖੁਸਰਾ ਉੱਥੇ ਬਣ ਜਾ ਸੀ, ਰਾਤ ਬਾਅਦ ਚ ਆਪੇ ਮੈਂ ਸੰਭਾਲ ਲਈ ਸਾਂ। ਹਾਂ ਮੁਸਕਾਨ ਹੈ ਮੇਰਾ ਯਾਰ ਹੈ, ਇਹ ਜਿਹਨੇ ਜਾਣਾ ਹੈ ਟਾਕੀ ਤੋਂ ਆਜ ਲਾ। ਠੀਕ ਹੈ ਚੀਨੀਆ, ਤੇਰਾ ਯਾਰ ਹੈ ਨਾ, 3 ਸਾਲ ਹੋ ਗਏ, ਤੂੰ ਮੇਰੇ ਨਾਲ ਪੈਸੇ ਚੁਗਣ ਜਾਣਾ ਤੇ ਮੈਂ ਤੇਰੀ ਗੱਲ ਨਹੀਂ ਮੋੜਦੀ, ਮੈਂ ਕੁਰਬਾਨੀ ਦੇ ਦੇਸਾਂ। ਬੜੀ ਮਿਹਰਬਾਨੀ ਜੀ, ਤੂੰ ਸਾਡੀ ਇੱਜ਼ਤ ਰੱਖੈਂਦੀ ਪਈ ਹੈ, ਉਹ ਕਦੀ ਮੈਂ ਵੀ ਤੇਰੇ ਕੰਮ ਆ ਜਾਸਾਂ। ਚਲੋ ਕੋਈ ਗੱਲ ਨਹੀਂ, ਬੰਦੇ ਹੀ ਬੰਦਿਆਂ ਦੇ ਕੰਮ ਆਉਂਦੇ ਨੇ, ਚੱਲ ਟੁਰੋ। ਆਜੋ ਆਜੋ, ਹੁਣ ਮੂੰਹ ਗਲੇਚ ਕੇ ਗਾਂਦੇ ਦਾੜੀ। ਉਹ ਸਰਵਰ ਮੀਆਂ, ਉਹ ਕੀ ਹੁਣ ਦੇ ਰਹੇ ਯਾਰ, ਸਾਨੂੰ ਕਵੇਲਾ ਪਿਆ ਹੁੰਦਾ, ਕੁੜੀ ਨੂੰ ਤੋਰੋ, ਅਸੀਂ ਜਾਈਏ ਘਰ। ਉਹ ਤੁਕੀ ਮੀਆਂ, ਸਾਡੇ ਮੱਲੇ ਦੇ ਵਿੱਚ ਨਾਲ ਗੁਆਢੀਆਂ, ਉਹਨਾਂ ਦੀ ਹੋ ਗਈ ਛੋਰੀ ਬਹੁਤ ਤੇ ਮੈਂ ਤਾਂ ਤੁਸੀਂ ਕੱਲ ਬਰਾਤ ਲੈ ਕੇ ਆ ਜਾਵੇ, ਅੱਜ ਅਸੀਂ ਰੋਟੀ ਰੋਟੀ ਉਹਨਾਂ ਨੂੰ ਦੇਣੀ ਹੈ ਤੇ ਬੰਦਾ ਚੰਗਾ ਨਹੀਂ ਲੱਗਦਾ ਹੈ ਕਮਲਾ ਬੰਦਾ। ਅੱਛਾ, ਚੰਗਾ ਨਹੀਂ ਲੱਗਦਾ, ਅਸੀਂ ਵਾਪਸ ਜਾਂਦੇ ਚੰਗੇ ਲੱਗਦੇ ਸਿਆਣਾ ਪਹਿਲਾਂ ਬੰਦਾ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਨਾ? ਚਾਚਾ ਦੁੱਕੀ ਮੇਰੀ ਗੱਲ ਸੁਣੀ ਨਾ, ਠੱਡੇ ਦਿਮਾਗ ਨਾ। ਉਹ ਸ਼ੋਦੇ ਹਨ ਸਾਡੇ ਗਵਾਂਢੀ ਜਵਾਨ ਜਹਾਨ ਵਾਂਦੀ ਛੋਰ ਮਰੀਏ, ਉਹ ਵੀ ਕੁਆਰੀ। ਜਦੋਂ ਮੇਰੀ ਸੱਸ ਮਰੀ ਆਈ ਨਾ ਤਾਂ ਸਾਰਾ ਫੁੱਲਾਂ ਦਾ ਪਹਿਲੇ ਦਿਨ ਦਾ ਖਰਚਾ ਉਹਨਾਂ ਕੀਤਾ, ਹੁਣ ਸਾਡੀ ਮਜਬੂਰੀ ਬਣੀ ਖੋਤੀ, ਅਸਾਂ ਵੀ ਬਰਾਬਰ ਦਾ ਖਰਚਾ ਕਰਨਾ, ਕਦੇ ਵੀ ਰੱਖੇ ਹੋਏ ਨੇ ਕਰਨਾ ਤੇ ਛੜਾ ਨਿਕਾਹ ਤੁਸੀਂ ਦਮੀਆਂ ਤੇ ਕਰ ਲਵੇ। ਆ ਬਿੱਲੋ ਮੇਰੀ ਗੱਲ ਸੁਣ, ਸਿਆਣੀ ਬਣ, ਸ਼ਗਨਾਂ ਦਾ ਟਾਈਮ ਹੁੰਦਾ ਹੈ, ਉਹ ਬਗੈਰ ਕਿਸੇ ਗੱਲ ਤੋਂ ਵਾਪਸ ਜਾਈਏ ਤਾਂ ਸ਼ਗਨ ਵੀ ਠੀਕ ਨਹੀਂ ਹੁੰਦੇ ਤੇ ਅਗਲੀ ਜ਼ਿੰਦਗੀ ਵੀ ਠੀਕ ਨਹੀਂ ਹੁੰਦੀ, ਤੇ ਆਹ ਜਿਹੜੀ ਫੌਤਗੀ ਹੋਈ ਹੈ ਸਾਰਿਆਂ ਦੇ ਹੁੰਦੇ ਨੇ ਟਾਈਮ ਸਾਰੇ ਇਸ ਤਰ੍ਹਾਂ ਦੇ, ਤੇ ਤੁਸੀਂ ਜਨਾਬ ਜਲਦੀ ਕਰੋ ਤੇ ਕੁੜੀ ਨੂੰ
ਨੂੰ ਟੋਰੋ ਓ ਮੇਰੀ ਭੈਣ ਹੋ ਤੁਸੀਂ ਐਂ ਕਰੋ ਛੋਰ ਸਾਡੇ ਨਾਲ ਚ ਟੋਰੋ ਤੇ ਜਿਹੜੇ ਤੁਸੀਂ ਪਿਛਲੇ ਬੰਦੇ ਨੇ ਇਹ ਫੌਤਕੀ ਵਾਲਾ ਟਾਈਮ ਭੁਗਤਾ ਲਓ ਅਰੂ ਮਰੂ ਛੋਰ ਦੇ ਤੇ ਕੋਈ ਹੋਣਾ ਜ਼ਰੂਰੀ ਤਾਂ ਨਹੀਂ ਨਾਲੇ ਅਸੀਂ ਛੋਰ ਤੋਂ ਬਗੈਰ ਗਏ ਨਾ ਸਾਨੂੰ ਵੀ ਸ਼ਰੀਕ ਗੱਲਾਂ ਕਰਦੇ ਚੌਕੀ ਬਿਰਾ ਅਸਾਂ ਹੁਣ ਛੋਰ ਤੁਹਾਡੇ ਨਾਲ ਕਿਵੇਂ ਟੋਰ ਛੱਡੀਏ ਸਾਡੇ ਗਵਾਂਢ ਤੇ ਜਨਾਜ਼ਾ ਤਿਆਰ ਹੋਇਆ ਪਿਆ ਨਾਲੇ ਛੋਰ ਤਾਂ ਘਰੇ ਹੀ ਕੋਈ ਨਹੀਂ ਵਧੀ ਦੰਮੀ ਨਾਲ ਭਾਈ ਸ਼ਬਾਜ਼ ਆਇਆ ਸੱਦ ਕੇ ਲੈ ਗਏ ਵੀ ਔਰ ਪਾਇਆ ਸਾਡੇ ਘਰੇ ਭਰਾਣੇ ਅੰਦਰ ਜਾਂਦੇ ਪੈਂ ਤੇ ਤੂੰ ਚੁੱਲ੍ਹੇ ਦਾ ਕੰਮ ਕਰ ਅਜੀਬ ਗੱਲ ਹੈ ਬਈ ਤੁਹਾਡੇ ਲੋਕਾਂ ਦੀ ਔਰ ਜਿਸ ਘਰ ਫੌਤਕੀ ਹੋ ਜਾਵੇ ਤਰੇ ਦੇ ਚੁੱਲ੍ਹੇ 'ਚ ਅੱਗ ਨਹੀਂ ਬਾਲਦੇ ਤੇ ਉਹ ਕਿਵੇਂ ਅੱਗ ਘਰੇ ਬਾਲੀ ਬੈਠੇ ਨੇ ਉਹ ਮੇਰੀ ਧੀ ਕੋਈ ਆਂਦਾ ਜਾਂਦਾ ਆਡ ਗੁਆੜੋ ਕਰਦੀ ਵੀ ਉਸੀ ਕੋਈ ਉਹਨਾਂ ਦੇ ਘਰੀ ਦੇ ਥੋੜੇ ਪਕਾਉਂਦੀ ਪਈ ਹੈ ਆ ਮੇਰੀ ਧੀ ਉਹ ਤੂੰ ਵੀ ਸਿਆਣੀ ਬਿਆਣੀ ਹੈ ਉਹ ਤੂੰ ਸਾਰਾ ਕੰਮ ਆਪ ਕਰੇ ਆ ਤੇ ਉਹਨੂੰ ਸਾਡੇ ਨਾਲ ਕਲਾਓ ਚਾਚਾ ਮੈਂ ਕਿਤੇ ਉੱਤੇ ਵਗ ਜਾਵਾਂ ਹਾਂ ਤੁਸੀਂ ਨਿਕਾਹ ਕਰਨ ਆਏ ਬੈਠੇ ਨੇ ਮੈਂ ਤੁਹਾਨੂੰ ਨਹੀਂ ਸੰਭਾਲਣਾ ਹਾਂ ਤੂੰ ਸਾਨੂੰ ਸੰਭਾਲ ਲੈ ਤੇਰੀ ਬੜੀ ਮਿਹਰਬਾਨੀ ਛੋਹਰ ਨੂੰ ਲੈ ਤੇ ਸਾਡੇ ਨਾਲ ਟੋਰ ਤੇ ਸਿਜਾ ਵੀਏ ਮੈਂ ਛੋਹਰ ਨੂੰ ਲਮਣ ਨਹੀਂ ਜਾਣੀ ਹੈ ਮੇਰੀ ਭੈਣ ਘਣੀ ਤਰੀਖੀ ਨਾ ਬਾਣ ਅੱਗੂ ਤੇ ਬਾਜ਼ਾਰ ਬੰਦਿਆਂ ਨਾਲ ਭਰਿਆ ਪਿਆ ਕੋਈ ਗੱਲ ਨਹੀਂ ਰਾਤ ਛੋਹਰ ਆ ਗਏ ਅਸੀਂ ਲੈ ਕੇ ਜਸਾਏ ਰਾਤ ਰਹੋ ਨੇ ਰਹਿ ਜਸਾ ਕੋਈ ਮਸਲਾ ਨਹੀਂ ਮਰਜ਼ੀ ਵਾਲਿਆਂ ਨੇ ਬੈਠੇ ਰਹੋ ਹਾਂ ਇੱਥੇ ਪਰੇ ਬਣਾ ਕੇ ਬਹਿ ਗਈਆਂ ਛੋਹਰ ਦੀ ਤਿਆਰੀ ਕਰਾ ਤੇ ਇਹਨਾਂ ਨਾਲ ਟੋਰੀਏ ਤੂੰ ਲੇਟ ਹੁੰਦੀ ਪਈ ਹੈ ਮੈਂ ਸਾਧ ਲੈਂਦੇ ਫੌਤਕੀ ਵਾਲੇ ਕਰੂੰ ਕਿਹੜੀ ਫੌਤਕੀ ਮੈਂ ਭਾਈ ਸ਼ਬਾਜ਼ ਦੀ ਭੈਣ ਨੇ ਮਾਰ ਗਈ ਹਾਂ 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 ਉਦੋਂ ਤਾਂ ਸਾਧ ਲਿਆਂਦਾ ਹੈ ਤੂੰ ਨਾ ਤਾਂ ਗੱਲ ਕਾਇ ਨਹੀਂ ਕੀਤੀ ਨਹੀਂ ਨਹੀਂ ਉਹਨਾਂ ਕਾਇ ਗੱਲ ਹੀ ਨਹੀਂ ਕੀਤੀ ਉਹਨਾਂ ਕੇ ਭਾਈ ਲਾ ਜਾ ਲੈ ਮੀਆਂ ਇਮਾਨ ਦੀ ਸਲਾਮਤੀ ਕਰੋ ਛੋਰ ਸਾਡੀ ਆ ਗਈ ਤਿਆਰੀ ਕਰਵਾ ਕੇ ਤੁਹਾਡੇ ਨਾਲ ਅਸਾਂ ਟੋਰ ਨਹੀਂ ਐ ਸਭ ਕੋਈ ਇਨਕਾਰ ਕੀਤਾ ਆ ਤੁਹਾਡੀ ਖੈਰ ਹੋਵੇ ਬੜੀ ਚੰਗੀ ਗੱਲ ਹੈ ਤੇ ਹੁਣ ਕੋਲ ਜਿੱਥੇ 5 ਮਿੰਟ ਲੱਗਦੇ ਨੇ ਨਾ ਉੱਥੇ 2 ਮਿੰਟ ਲਾਓ ਤੇ ਤਿਆਰੀ ਕਰਾ ਕੇ ਸਾਡੇ ਨਾਲ ਠੀਕ ਐ ਸੀ ਹੁਣੇ ਆ ਜਾ ਜਾ ਤਿਆਰੀ ਦੀ ਲੋੜ ਤਾਂ ਕਾਇ ਨਹੀਂ ਐ ਲੈ ਕੇ ਵਗ ਜਾ ਵੀ ਆ ਚਲੋ ਮਾੜਾ ਮੋਟਾ ਤਿਆਰ ਕਰ ਲੈਂਦੇ ਨੇ ਕੁਝ ਮੇਰੀ ਗੱਲ ਮਨ ਤੇ ਆ ਗਈ ਹੌਲਾ ਹੱਥ ਰੱਖ ਤੂੰ ਵਗ ਜਾਵੇ ਤਾਂ ਆਪਾਂ ਬੇਇੱਜ਼ਤ ਹੋਏ ਪਏ ਹੋਈਏ ਓਏ ਹੋਏ ਨੀ ਮੈਂ ਮਰ ਜਾਵਾਂ ਤੂੰ ਨੰਦ ਦੇ ਨਾਲ ਖੁਸਰਾ ਟੋਰੂ ਏ ਤੇ ਹੋਰ ਮੈਂ ਕੀ ਕਰਾਂ ਵਕਤੀ ਤੌਰ ਮੈਨੂੰ ਖੁਸਰਾ ਜਲਿਆ ਉਹ ਮੈਂ ਦਿੰਦਾ ਪਿਆ ਹੋਰ ਮੈਂ ਕੀ ਕਰਾਂ ਮੂੰ ਜਦੋਂ ਪਤਾ ਲੱਗ ਗਿਆ ਬੁੱਧਨੀਆਂ ਦਾ ਫੇਰ ਓਏ ਅੱਬਾ ਪਤਾ ਲੱਗ ਗਿਆ ਨਾ ਬਾਅਦ ਮੈਂ ਸੰਭਾਲ ਲਈ ਸਾ ਫੇਲਰ ਤੋਂ ਜਿਹੜੇ ਬਰਾਤੀ ਆਏ ਬੈਠੇ ਨਾ ਇਹਨਾਂ ਨੂੰ ਇੱਥੋਂ ਟੋਰੀਏ ਪਿੱਛਾ ਦੀਆਂ ਮਾਰੀਆਂ ਖੁੱਚਾਂ ਤੇ ਓਏ ਹੁਣ ਕੀ ਰੋਲਾ ਗੱਤੀ ਖੜੇ ਨੇ ਤਬੂ ਵੇਖ ਲੋ ਕੇ ਰੋਲਾ ਕੋਈ ਨਹੀਂ ਸ਼ੁਕਰ ਹੈ ਨੀ ਮਸਕਾਨ ਤੋਂ ਅੱਜ ਸਾਡੀ ਲਾਜ ਰੱਖੀ ਹੈ ਆ ਮੇਰੀ ਭੈਣ ਆ ਰੋਂਦੀ ਵੀ ਚੱਲ ਲੋ ਬਿਸਮਿਲਲਾ ਓ ਬਿਸਮਿਲਲਾ ਨੀ ਸ਼ਾਮ ਮੇਲੇ ਨਹੀਂ ਰਵਿੰਦਾ ਹੁੰਦਾ ਟੋਰੋ ਇਹਨੂੰ ਨੀ ਬੈਣਾ ਦੀ ਗਰੂ ਟੋਰਦੇ ਪਏ ਆ ਕੁਚੜੀ ਦਾ ਬੱਚਾ ਨਹੀਂ ਆ ਕਰ ਸਾਨੂੰ ਵੀ ਦੋਖੇ ਓ ਮੇਰੀ ਭੈਣ ਕੋਈ ਗੱਲ ਨਹੀਂ ਤੁਹਾਡੀ ਵੀ ਧੀ ਹੈ ਤੇ ਇਵੇਂ ਸਮੇਂ ਸਾਡੀ ਵੀ ਧੀ ਹੈ ਚਲੋ ਤਾਂ ਗੱਲ ਠੀਕ ਹੈ ਬਣਵਾਈਆ ਸਾਹਿਬ ਮੇਰੀ ਭੈਣ ਨੂੰ ਤਕਲੀਫ ਨਾ ਹੋਣ ਦੇਵੀ ਅਸੀਂ ਬੜੇ ਲਾਡਾਂ ਨਾਲ ਪਾ ਲਈ ਹੈ ਓਏ ਨੀ ਜਾਂ ਜਾਂ ਇਹ ਨਵਾਂ ਡੈਕ ਬਣਵਾ ਕੇ ਦੇਣੀ ਇਹ ਡੈਕ ਦੀ ਬੜੀ ਸ਼ੁਕੀ ਨਹੀਂ ਓਏ ਚੁੱਪ ਕਰ ਉਹ ਘਰ ਚ ਡੈਕ ਦਾ ਸ਼ੌਂਕ ਰੱਖਦੀ ਹੈ ਅਗਾ ਜਾ ਕੇ ਨਹੀਂ ਰੱਖਦੀ ਓ ਚੱਲ ਮੀਆਂ ਕੋਈ ਗੱਲ ਨਹੀਂ ਗਾਣੇ ਸੁਣਨਾ ਵੀ ਹੁੰਦਾ ਸ਼ੌਂਕ ਹੋ ਸੀ ਸਰਮੀਆਂ ਜਿਹੜੇ ਆਪਣੇ ਵਾਲੇ ਬੂਫਰ ਹੈ ਨਾ ਉਹ ਚਾ ਕੇ ਨੂੰ ਦੇਵੀ ਚ ਹਾਂ ਹਾਂ ਦੇ ਸਮੇਂ ਪਰ ਜਾਏ ਨੂੰ ਕਿਉਂ ਨਹੀਂ ਚਲੋ ਆ ਫਿਰ ਚਲੀਏ ਮੀਆਂ ਮਿਹਰਬਾਨੀ ਬੂਦਨਾ ਠੀਕ ਹੈ ਜੀ ਲੈ ਬਣਵਾਈਆ ਸਾ ਚਲੋ ਚਲੋ ਸ਼ਾਬਾਸ਼ परेशानी तो बड़ी मेनू खादी खोती आखिर घरे जाके तो उन्ना वेखना ही है ना चल वेख सन्ना उल डिठी वेखी जासी वक्ती तौर ता अपना बुत्ता धकी जाना चलो तू किसी आसे पासे च लभ लै ते मैं जानी हां आसी कोल ओदे कोल जाके बांधी आई नाले ओदी गूड़ी सेली है मैं विला दिला के ओदे कोल पुछनी जे किदू मन गई जा मुड़ा आसी कोल ਹੇਠਲੀ ਉਤਲੀ ਲਾਇ ਕੋ ਉਹਦੇ ਕੋ ਡੇਢ ਲਾਇਆ ਨਹੀਂ ਮੈਂ ਵਾਗ ਤਾਂ ਗਈ ਤੇ ਮੈਂ ਕੋਈ ਨਾ ਕੋਈ ਨਿਚੋੜ ਕੱਢ ਕੇ ਉਸ ਉਹਦੇ ਕੋਲ ਉੱਠੀ ਖਲੋ ਤੂੰ ਵੀ ਹਾਟੇ ਆਵੀਂ ਤੇਰੇ ਮਗਰ ਨਾ ਕੋ ਬੰਦਾ ਗੱਲ ਨਾ ਪਵੇ ਆ ਜਾ ਭਈ ਆਪਾਂ ਇੱਕ ਦਿਨ ਚੜਲਾ ਮਾਰੇ ਆ ਲਈਏ ਹਾਂ ਆ ਜਾ ਚਲੋ ਯਾ ਉਹ ਖੁਸ਼ ਰਿਹਾ ਕਿਤਨੇ ਪੈਸੇ ਲਾਏ ਨਹੀਂ ਨੰਦੇ ਕੋਲ ਸਾਨੂੰ ਕੰਦਿਆ ਕਰਨ ਵਾਸਤੇ ਓ ਚੌਕੀ ਗੱਲ ਸੁਣ ਮੇਰੀ ਇਹਦੇ ਨਾਲ ਲੜੋ ਨਾ ਇਹਨੂੰ ਵੀ ਆਪਾਂ ਰੱਖ ਲੈਨੇ ਤੇ ਮੈਂ ਸ਼ਾਦੀ ਹੋਰ ਅਗਾ ਕਰ ਲੈਸਾ ਤਾਂ ਵਿਆਹ ਸ਼ਾਦੀਆਂ ਤੇ ਲਿਜਾ ਕੇ ਇਹਨੂੰ ਮੈਂ ਫੰਕਸ਼ਨ ਕੀਤੇ ਕਰਸਾ ਅਈ ਸ਼ਾਬਾਸ਼ ਆ ਬੜੀ ਕੋਈ ਇੱਜ਼ਤ ਵਾਲੀ ਗੱਲ ਤੂੰ ਮੈਨੂੰ ਸੁਣਾ ਰਿਹਾ ਵੀ ਇਹਨੂੰ ਰੱਖ ਕੇ ਤੇ ਅਸੀਂ ਵਿਆਹ ਸ਼ਾਦੀਆਂ ਤੇ ਫੰਕਸ਼ਨ ਕਰਾਂਗੇ ਓਏ ਉਹਨਾਂ ਨੂੰ ਬੁਲਾਓ ਕਿੱਥੇ ਗਏ ਨੇ ਅਸੀਂ ਉਹਨਾਂ ਨਾਲ ਗੱਲ ਕਰੀਏ ਵੀ ਸਾਡੇ ਪੱਲੇ ਕੀ ਪਾਤਾ ਨੇ ਅੱਬਾ ਜੀ ਹੁਣ ਮੈਨੂੰ ਕੀ ਪਤਾ ਉਹ ਕਿਤੇ ਨਿਕਲ ਗਏ ਨੇ ਅੱਗੋਂ ਤਾਲਾ ਲੱਗਾ ਪਿਆ ਨੇ ਹੁਣ ਕਿਤੇ ਆਵਣ ਤੇ ਕੋਈ ਪਤਾ ਸੁਰ ਲੱਗੇ ਐਨੀ ਵੀ ਸੁਣੀਆ ਤੈਨੂੰ ਪਤਾ ਮੈਨੂੰ ਕੋਈ ਨਹੀਂ ਪਤਾ ਮੈਨੂੰ ਕੋਈ ਨਹੀਂ ਪਤਾ ਆ ਸਾਨੂੰ ਗੰਦਿਆ ਕਰਾਇਆ ਗੰਦੀ ਆ ਕੇ ਬੜੀ ਛੇਤੀ ਨੂੰ ਮੀਸ ਨਹੀਂ ਕਹਤਾ
पता नहीं मिसनी है कि मिसना क्या वो भूतना साहब हो। हाँ जी ये साढ़े ते क्या लाना है की होया है नहीं तुहानू कोई नहीं पता ओ सानू छोड़ दी जगह ते खुसरा दे छड़िया ने ओ साडी छुएर की देने ते खुसरा है वाडी छोर ओ सानू तू सा छोर दित्ती केड़ी है अयो खुसरा दित्ता ने बकवास ना कर अई तू मैं तैनू आदी भैन रुखसत करके दित्ती हूं तू सानू चक्कर देंदा पे खुसरा वापस ले आके इंज मां नहीं करन देवना सही सही दस मेरी भैन नु किदा कीता है ओ मैं तेरी भैन नु किदा करना तू सा मैनू आपदी भैन दित्ती भी काई नहीं सानू ओ भूतना ओ एडी चतर चलाकी दी कोई लोड़ नहीं असि आप बड़े सियाणे आ असि इस तरह दे भन तोड़ बड़े करन जानने आ ओ तू नहीं बोलदा चिट्टी दाड़ी वाला ए तुसी भन तोड़दा करदे ने ना ते करके आए बैठे ने साड़ी छोड़ चाहिए है नहीं ऐसी पर्चा देने तो डे थे और हैक दुबले ना देखो तो ना साड़ियाँ खींच गट्टा गत्तो फोट की आ रहा सुबह जनाजा करवाना मैं तो भूतना जा के उन्हें मिन्नत तरला कीता तो उन्हें आके भी हुने तो सा जनाजा करवा लो सुबह सा गाना खुलावण जावना मैं तो मछाणी को परात पिनिया दी बनवा के तो गाने खुलावण दी तैयारियां की खलोती है तो हूँ तो नवा चांद चढ़ाई खलोते ने आज जिदू लिया ने लाए जाओ नहीं तो साड़ी छोर सानू दियो मैं तो बुरे पेश पोसा नहीं भैन थोड़ी चलाक चतर ना बन आ खुसर फुसर थोड़ी है तुसी जाना तो थोड़ी खुसर फुसर जाना देनी है तो सन छोर दियो सी जावी खुसरा बना के लाए जो कुछ तुसा दिता है हटा के वापस ले सानू कुड़ी दियो मेरी भैन दे वाल ही बड़े सोहने इंदे ते वाल ही इंजन जिवें हलना हुंदा ऐसा कोई इंदे वाल बनाए ही नहीं तुसा सानू खुसरा दे छड्या ओ असी भले नाल मैनू आगा पिंड ही नहीं लाके गए तो साडी ताई सा तोंज रोल जानी है उतना इन्ना पैरां ते पानी कोई नहीं आवण देना ही उड़ीक ना तेरी भैन नु जबत करदे पए ने ऐ ते पुलिस आया नु फोन कर ते उन्ना ओ इन्ना नु जैसन जिवें हेल चूचा चेंदी मोड़ ते मान जासे ओ मेरी भैन खुदा दा नहीं तो खुदा नु जिंद नहीं देनी है एवें साडे ते पाई जांदे ने छोर ओ तुसा सानू जदों दित्ती भी नहीं मोड़ हाल हाल क्यों गत्ती खले ने तू इंज कर कपड़े पार मैं 15 ते कॉल करन ना डाकू आन मेरे सामान दे हत्थे बक्खी पाए खा वे कमे बंदिया कपड़े पाड़न दी केड़ी लोड़ है जेड़ी तेरी बहन इन अगवा कीती है ना ओदा केस कर डबल टू डबल केस हो जासी सारी जिंदगी इना दी हड्डियां थाने च रोल जासन ते वड्डे भी है कोई नहीं लभणे ओए होए भाऊ पालन वाली ने बड़ी लेट कर छड्डी है तो बरात भी ओमे बैठी होई बुए ते ओ तो खुसरा भी सदाई बैठे ना चाण वास्ते हां ते होर चलो जल्दी चल चल भूतना तेरी बहन हाँ नहीं किते गई हैं भाऊ मैं पार्लर गई है ओ केड़े पार्लर च गई हैं सी सारे पार्लर फोरोल मारन सांता तो नहीं हुंदी सी अब किते बोल दी क्यों नहीं हो भाऊ नवा पार्लर बनया तो उठे गई है भाऊ नीमे दे नाल ते भरजाई ने मैं आख्या मैं पार्लर जाना तेने ते मेनू जावण नहीं दित्ता चलो हुन छड्डो तुसी हुन मिंट मारो तैयारी करो ते टोर रहना है नाल ओ चाचा ਆ ਖੁਸਰਾ ਵੀ ਤੁਹਾਨੂੰ ਪੱਕਾ ਤੇ ਛੋਰ ਵੀ ਤੁਹਾਨੂੰ ਪੱਕੀ ਤੁਸੀਂ ਬੜੇ ਰਾਂਦਲ ਨੇ ਮੈਂ ਨਹੀਂ ਲੈਂਦਾ ਹਾਂ ਤਨਜ਼ੋ ਮਜ਼ਾ ਸੇ ਭਰਪੂਰ ਵੀਡੀਓਜ਼ ਦੇਖਣੇ ਕੇ ਲੀਏ ਰਚਨਾਵੀ ਟੀਵੀ 2 ਕੋ ਸਬਸਕ੍ਰਾਈਬ ਜ਼ਰੂਰ ਕਰ ਦੇਂ